ਬਿਲਡਿੰਗ ਹੈ ਹੀ ਮੈਂ ਤੁਹਾਨੂੰ ਉਹਦੇ ਕਹਿਤਾ ਬਚਾ ਲਾਉਂਦੇ ਆ ਹਾਂ ਆਇਓ ਆਜੋ ਆਜੋ ਸੋ ਆਇਆ ਚੰਡੀਗੜ੍ਹ ਤੇ ਜਾਵਾਂਗੇ ਥੋੜਾ ਬਾਹਰ ਜਾਵਾਂਗੇ ਨਾ ਬਾਹਰ ਜਾਵਾਂਗੇ ਫੈਨ ਹੀ ਬੜੀਆਂ ਵਾ ਭਾਈ ਇਹਦੇ ਆਹ ਕੀ ਆਤਿਕਾ ਆਈ ਲਵ ਯੂ ਹਾਈ फटाफट मैं हार्ड ड्राइव चक्की जिस डाटा फोन चकिया कुछ तो ना लै जे बंदा इना समान सारे प्यार चीजा फिर ओ पता लगे चीजा प्यार कर दे एक चुटकी च खत्म हो जाएगी यार हूं ना बड़ा ऐ हूं लग गया भूचाल ये मेरे हिसाब न जो मैं इत बिल्डिंग च आया बारवा तेरवा भूचाल अच्छा हर तीन महीने बाद भूचाल आ जाता यार मजाक हो गया भूचाल हूं भी वेख लो इस तो पहला आया सी उस तो पहला आया सी तो कट लग गया सी आहो एक बार बहुत तेज हर महीने च एक बार भूचाल आ रहा हिसाब लाड़ो हूं होना की अगे जाके भूचाल नॉर्मल लैन लग गए हूं सत श्रीकाल जी की हाल चाल ठीक ठाक सारे रेडी शेडी हो गए तो अज आप फाइनली कर रहे हैं जी अमन वीरे चैनल पर पॉडकास्ट तो दलजीत भाई की पूरी एल्बम आ गई यार गाने सुनने सब तो तगड़ा फैन साढ़े लग गई है तो जिहड़ा सुल्तान ना गाना है ना अरे सिरा वा तो आ देखो की हाल करता यार अपन जो आप इन्ना क ऑर्गनाइज है रूम इतने सारे कपड़े टंगे ही हूँ देखे उ सैकल तो कछे पे हुए कि खलारा मारता वेलकम चलेंगे आई होप तुसीं हैंडो पहले लंच करते हैं तो फिर अगे पॉडकास्ट करांगे बस चलते हैं हाँ जी सत श्रीकाल गाइस तो तैयार हो गए हैं पग शक बन ली है तैयार हो गए हैं तो अज आए आप अमन वीर वाल तो अज होना जी पॉडकास्ट तो वैसे देखी होना चैनल बाकी अच्छ गल्लां होणगियां वेखते हैं की गल्लां होंदियां ने सो आए हैं चंडीगढ़ तो जावांगे थोड़ा बाहर फूड भी मिलता मैं सुनिया उद्दां दी चीजां मिलदियां सो एंड तक देखियो व्लॉग नूं ते लाइक एंड शेयर कर दियो बाकी तुसीं जानदे हो चलो आज चलदे आपां पग बनी है कहना बी राम गड़ी इफेक्ट पै गया ਕਿਹੜੀ ਕਿਹੜੀ ਸਾਰੀ ਮੰਗੀ ਹੈ ਵੈਜੀ ਸਾਰੀਆਂ ਸਾਰੀਆਂ ਵਿੱਚ ਪਾਰਟੀ ਯਾਰ ਵੈਜੀਟੇਰੀਅਨ ਜੇ ਆਪਾਂ ਹਾਂ ਸਟਾਰਟ ਨੂੰ ਬੱਕਰਾ ਖਾਣਾ ਸੁਪਰ ਅੰਡੇ ਖਾਈ ਜਾ ਐਗ ਕਹਿੰਦੇ ਹੁਣ ਵੈਜੀਟੇਰੀਅਨ ਹੋ ਗਏ ਅੰਡੇ ਵੀ ਸੋ ਐਗ ਐਗੀਟੇਰੀਅਨ ਆ ਚੱਕ ਕਰੇ ਆ ਜਾ ਮੁੰਡੇ ਕੁਆਲਿਟੀ ਕਲ ਬਹੁਤ ਹੁਣ ਲੰਚ ਤਾਂ ਕਰ ਲਿਆ ਹੋਇਆ ਯਾਰ ਲੰਚ ਬਹੁਤ ਜ਼ਿਆਦਾ ਸਵਾਰ ਹੀ ਮਜ਼ਾ ਆ ਗਿਆ ਥੋੜੀ ਦਰ ਸੈਟਅਪ ਕਰ ਰਹੇ ਸਾਰੇ ਹੋਰ ਦੱਸਦਾ ਪਹਿਲਾਂ ਬਾਹਰ ਕਰਦੇ ਸੀ ਹੁਣ ਇੱਧਰ ਰੂਮ 'ਚ ਵਧੀਆ ਨਾ ਠੰਡਾ ਆ ਹਨਾ ਹਾਂ ਕੰਪੈਕਟ ਜਿਹਾ ਯਾਰ ਭਾਈ ਸਾਨੂੰ ਵੀ ਦਿਖਾ ਰਹੇ ਆ ਹਾਂਜੀ ਭਾਜੀ ਆ ਆ ਰਹੇ ਅਸੀਂ ਵਲੌਗ 'ਚ ਵੀ ਆ ਰਹੇ ਹਾਂਜੀ ਹਾਂਜੀ ਅੱਜ ਵੀ ਰਾਮਗੜੀਆ ਕੀ ਕਹਿੰਦੇ ਆ ਵੀ ਰਾਮਗੜੀਆ ਯੂਨੀਅਨ ਸਾਰਿਆਂ ਨੇ ਪੱਗਾਂ ਮਾਰ ਲੀਆਂ ਫਿਲਟਰ ਲਾ ਹਨਾ ਮੈਨੂੰ ਐ ਲੱਗੀ ਜਾਂਦਾ ਮੈਂ ਇਕੱਲਾ ਹੀ ਮੋਨਾ ਵਿੱਚ ਹੈਗਾ ਮੈਂ ਕਿਹਾ ਸੀ ਬੰਨ ਦਿੰਨੇ ਆ ਯਾਰ ਇਹ ਤਾਂ ਕਿਹਾ ਸੀ ਯਾਰ ਮੈਂ ਆਪਦੀ ਪਰਸਨੈਲਿਟੀ ਕੈਰੀ ਕਰਦਾ ਪਰਸਨੈਲਿਟੀ ਤੁਸੀਂ ਆਪਦੀ ਕੈਰੀ ਕਰੋ ਯਾਰ ਇਦਾਂ ਹੀ ਯਾਰ ਜੇ ਮੈਂ ਬੰਨਾ ਤਾਂ ਮੈਂ ਰੈਗੂਲਰ ਬੰਨਾ ਐ ਨਹੀਂ ਵੀ ਇੱਕ ਦਿਨ ਦੇਖ ਕੇ ਬੰਨਾ ਬਸ ਮੈਂ ਲੋਕੇਸ਼ਨ ਭੇਜਦਾ ਜਿੰਮੀ ਸ਼ਰਮਾ ਜੀ ਕਾਫੀ ਮਹਿੰਗੇ ਹੈ ਨਾ 50000 ਦੇ ਨਾ ਜੀ ਸਰਦੀਆਂ ਜਨ ਕੀ ਬਾਹਰ ਸ਼ਿਫਟ ਕਰ ਦੂੰ ਹਾਂ ਕਿਉਂਕਿ ਯਾਰ ਏਸੀ ਇੱਕ ਹੋਰ ਅਫੋਰਡ ਹੋਇਆ ਨਹੀਂ ਮੇਰੇ ਕੋਲੋਂ ਉਹ ਯਾਰ ਭੰਨ ਦਿੰਦੇ ਆ ਸਪਲਿਟ ਲਾਉਣ ਲਈ ਫਿਰ ਤਿੰਨ ਤਿੰਨ ਏਸੀ ਨਹੀਂ ਸਹੀ ਆ ਫਿਰ ਬਿੱਲ ਵੀ ਹੋਣਾ ਬਿੱਲ ਉਦਾਂ ਹੀ ਬਹੁਤ ਹੁੰਦਾ ਮੈਂ ਕਿਹਾ ਇੱਕ ਹੋਰ ਲਾਤਾ ਜੀ ਇਹ ਤਾਂ ਜਿੰਨਾ ਬਚਾ ਲਓ ਆਏ ਦੇ ਜ਼ਮਾਨੇ 'ਚ ਯਾਰ ਬਚਾ ਲਓ ਪੈਸੇ ਨਹੀਂ ਤਾਂ ਐਂ ਹੀ ਉੱਡਦੇ ਆ ਫਿਰ ਤੁਹਾਨੂੰ ਸੈਟਅਪ ਤੇ ਬੈਕ ਕਿਦਾਂ ਦਾ ਲੱਗ ਰਿਹਾ एक ना प्रोडक्शन थोड़ी बताओ यार एक फोन लाओ बस स्टैंड पे तीन गेस्टां दे फोन
ਕੈਮਰੇ ਤੇ ਲਾਏ ਹੁੰਦੇ ਆ ਕੈਮਰਾ ਵੀ ਲੈ ਕੇ ਆਂਦੇ ਸੀ ਫਿਰ ਅਸੀਂ ਹੁਣ ਜ਼ਿਆਦਾ ਬੰਦੇ ਫਿਰ ਕਿਹਾ ਕੱਟ ਦੋ ਸਫਾਈਆਂ ਯਾਰ ਕੱਠਿਆਂ ਨਹੀਂ ਕਰਦੇ ਸੀ ਫਿਰ ਹੁਣ ਓਕੇ 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 ਲਿਮਿਟਡ ਹੀ ਬੰਦੇ ਰਹਿਣ ਫਿਰ ਇਹੋ ਕਿੱਥੇ ਮੇਕਅਪ ਆਟਿਸ਼ ਕਿੱਥੇ ਤੁਹਾਡਾ ਯਾਰ ਉਹ ਥੋੜੇ ਆ ਤੇਰੀ ਟੀਮ ਕਿੱਥੇ 10 12 ਬੰਦੇ ਵਾਲੀ ਉਹ ਨਾ ਐਕਚੁਅਲੀ ਲੁਧਿਆਣੇ ਵੀ ਛੁੱਟ ਜਾਂਦਾ ਪਿਆ ਸਾਡਾ ਤੇ ਇੱਕ ਲੁਧਿਆਣੇ ਪੋਡਕਾਸਟ ਹੁੰਦਾ ਪਿਆ ਉੱਥੇ ਸਾਰੀ ਟੀਮ ਗਈ ਹੋਈ ਆ ਉੱਥੇ ਇੱਕ ਮੇਰਾ ਕੀ ਕਹਿੰਦੇ ਹੁੰਦੇ ਆ ਡੋਪਾਮਾਈਨ ਨਹੀਂ ਜਿਹੜਾ ਅਲੱਗ ਹੁੰਦਾ ਹਮ ਸ਼ਕਲ ਇੰਗਲਿਸ਼ ਕੁਝ ਕਹਿੰਦੇ ਕਮੈਂਟ ਕਰਕੇ ਦੱਸ ਦਿਓ ਜਿਹੜਾ ਦੀ ਮੋਬਾਇਲ ਡੈਰੀ 'ਚ ਡੋਪਾਮਾਈਨ ਪਤਾ ਨਹੀਂ ਕੁਝ ਕਹਿੰਦੇ ਹੁੰਦੇ ਆ ਡੋਪਰ ਗੈਂਗਰ ਮੇਰਾ ਡੋਪਰ ਗੈਂਗਰ ਉੱਥੇ ਆ ਲੁਧਿਆਣੇ ਸ਼ੂਟ 'ਤੇ ਗਿਆ ਹੋਇਆ ਅਤੇ ਦਿਸ ਇਜ਼ ਮਾਈ AI ਵਰਜ਼ਨ ਸੋ ਪੋਡਕਾਸਟ ਡਨ ਹੋ ਚੁੱਕਿਆ ਜੀ 2.5 ਘੰਟੇ ਦਾ ਪੋਡਕਾਸਟ ਹੋਇਆ ਪਰ ਗੱਲਾਂ ਬਾਤਾਂ ਬਹੁਤ ਘੈਂਟ ਹੋਈਆਂ ਯਾਰ ਬਹੁਤ ਮਜ਼ਾ ਆਇਆ ਲੱਗਣੀ 2.5 ਘੰਟੇ ਪਤਾ ਨਹੀਂ ਐਂ ਚੱਲ ਗਏ 5:30 ਵਜੇ ਆਪਾਂ ਸ਼ਾਰਟ ਹੋਈ 8:30 ਹੋ ਗਿਆ 3 ਘੰਟੇ ਹੋ ਗਏ ਸੋ ਸਭ ਨਾਲ ਮੇਨ ਚੀਜ਼ ਅਸੀਂ ਜਾਣਦੇ ਹਾਂ ਇੱਕ ਦੂਜੇ ਨੂੰ ਲੇਕਿਨ ਮੈਂ ਇਹ ਕੋਸ਼ਿਸ਼ ਕੀਤੀ ਵੀ ਮੈਂ ਆਹ ਬਾਈ ਨੂੰ ਜਾਣਦਾ ਨਹੀਂ ਵੀ ਫਸਟ ਟਾਈਮ ਮਿਲਿਆ ਮੈਂ ਉਸ ਹਿਸਾਬ ਨਾਲ ਪੋਡਕਾਸਟ ਕੀਤਾ ਸੋ ਦੇਖਿਓ ਜਾ ਕੇ ਯਾਰ ਹਾਂ ਯਾਰ ਉਹ ਗੱਲਾਂ ਇੱਦਾਂ ਕੀਤੀਆਂ ਕਿ ਜਿਹੜੀਆਂ ਮੈਂ ਕਦੀ ਵਲੋਗ 'ਚ ਵੀ ਨਹੀਂ ਕੀਤੀਆਂ ਉਹ ਤੁਸੀਂ ਪੋਡਕਾਸਟ ਸੁਣਿਓ ਅਤੇ ਜਾ ਕੇ ਦੇਖਿਓ ਹੁਣ ਥੱਕ ਗਏ ਯਾਰ ਸ਼ਾਇਦ ਦੋ ਪਾਰਟਾਂ 'ਚ ਆਊਗਾ ਪਾਰਟਾਂ 'ਚ ਇਨਫੋਰਮੇਟਿਵ ਵੀ ਆ ਐਂਟਰਟੇਨਮੈਂਟ ਵੀ ਆ ਖੱਪ ਵੀ ਪਈ ਆ ਇਨਵੈਸਟਮੈਂਟ ਦੀਆਂ ਗੱਲਾਂ ਹੋਈਆਂ ਤੇ ਸ਼ੁਭ ਬਾਈ ਦੀਆਂ ਗੱਲਾਂ ਮਤਲਬ ਇੰਡਸਟਰੀ ਦੀਆਂ ਗੱਲਾਂ ਬਾਹਲਾ ਕੁਛ ਆ ਯਾਰ ਮਤਲਬ ਮਜ਼ਾ ਆਊਗਾ ਤੁਹਾਨੂੰ ਵੇਖਣ 'ਚ ਤੇ ਵੀਰੇ ਨੇ ਹਾਲੇ ਇੱਕ ਹੋਰ ਸ਼ੂਟ ਕਰਨਾ 2.5 ਘੰਟੇ ਦਾ ਯਾਰ ਬੜੀ ਮਿਹਨਤ ਕਰਦੇ ਕੱਲ੍ਹ 3 ਪੋਡਕਾਸਟ ਸ਼ੂਟ ਕੀਤੇ ਮੈਂ ਤਾਂ ਯਾਰ ਇੱਕ ਕਰਕੇ ਥੱਕ ਗਿਆ ਬੰਦੇ ਨਾ ਬਹਿ ਬਹਿ ਕੇ ਥੱਕ ਜਾਂਦਾ ਤੁਸੀਂ ਤਾਂ ਹਰ ਨਵੇਂ ਬੰਦੇ ਨਾਲ ਉਹਨੂੰ ਗੱਲਾਂ ਬਾਤਾਂ ਕਰਨੀਆਂ ਉਹਦੇ ਬਾਰੇ ਪਹਿਲਾਂ ਤੁਸੀਂ ਪੜਿਆ ਹਨਾ ਸਾਰੀ ਚੀਜ਼ਾਂ ਮਤਲਬ ਵੀਰਾ ਬਹੁਤ ਮਿਹਨਤ ਕਰ ਰਿਹਾ ਜਾ ਕੇ ਦੇਖਿਓ ਤੇ 1 ਮਿਲੀਅਨ ਕਰਨਗੇ ਤੇ ਜੇ ਵੀਰੇ ਦੇ 1 ਮਿਲੀਅਨ ਹੋ ਗਏ ਨਾ ਤੇ ਆਈ ਵਾਚ ਅਲਟਰਾ 2 ਹਾਂਜੀ ਉਹ ਮੈਂ ਗਿਫਟ ਕਰੂੰਗਾ ਵੀਰ ਰਾਮਗੜੀਆ ਨੂੰ ਜੇ 1 ਮਿਲੀਅਨ ਹੋ ਜਾਊਗਾ ਲੱਗਦੀ ਨਹੀਂ ਹਵਾ ਘੱਟ ਲੱਗਣ ਦੀ ਹਨਾ ਘਟੀ ਜਾਂਦੀ ਆ ਪਤਾ ਨੀ ਫੈਨ ਹੀ ਬੜੀਆਂ ਭਾਈਆਂ ਦੇ ਆਪ ਹੀ ਆਤੀ ਕਾਇਲ ਆਉਂਦੀ ਹਾਏ ਰਾਤ ਦੇ ਵੱਜ ਗਏ ਨੇ 3 ਦੇਖਦੇ ਹਾਂ ਟੀਮ ਕੀ ਕਰਦੀ ਪਈ ਹੈ ਛਾਪਾ ਛਾਪਾ ਸੁੱਤੇ ਹੁਣ ਮੈਂ ਤੇ ਅਮਨ ਵੀਰਾ ਰਾਤ ਦੇ 3 ਵਜੇ ਚੱਲੇ ਹਾਂ ਪਰੌਂਠੇ ਖਾਣ ਵਾਸਤੇ ਕਿਉਂਕਿ ਆਪਾਂ ਡਿਨਰ ਨਹੀਂ ਕੀਤਾ ਸੀ ਬਰਗਰ ਬੁਰਗਰ ਖਾ ਲਏ ਸੀ ਇੱਥੇ ਕਿ ਪਰੌਂਠੇ ਮਿਲਦੇ ਰਾਤ ਨੂੰ ਲਾ ਲਓ ਕਿ ਉਹ 11 ਵਜੇ ਤੋਂ ਸਵੇਰੇ 7 ਵਜੇ ਤੱਕ ਮਿਲਦੇ ਆ ਉੱਥੇ ਮੈਨੂੰ ਨਹੀਂ ਪਤਾ ਕਿਹੜੀ ਜਗ੍ਹਾ ਯਾਰ ਤੁਹਾਡੇ ਜਿਹੇ ਕਹਿੰਦੇ ਨਾ ਜਿਹੜੇ ਡ੍ਰੀਮ ਕੀ ਨਾਮ ਸ਼ਿਵਾਲਿਕ ਸਿਟੀ ਹਾਂ ਉਹਦੇ ਬਾਅਦ ਪਰਸੋਂ ਆਪਾਂ ਚਾਹ ਪੀਤੀ ਸੰਨੀ ਵੀਰ ਨਾਲ ਸੀ ਜਦੋਂ ਅਤੇ ਸਾਡੇ ਕੋਲ ਬੁਲਟ ਆ ਅਤੇ ਬੁਲਟ ਦੀ ਕਲਾਸ ਦੀ ਤਾਰ ਟੁੱਟੀ ਆ ਦੋ ਚਾਬੀਆਂ ਨੇ ਬੁਲਟ ਦੀਆਂ ਇੱਕ ਐਕਟੀਵਾ ਦੀ ਇੱਕ ਆਹ ਤੇਲ ਦੇ ਟੈਂਕੀ ਦੀ ਆ ਆ ਦੂਜੀ ਹਾਂ ਅੱਛਾ ਉਹ ਪੁਰਾਣੇ ਕੋਲ ਬੁਲਟ ਆ ਨਾ ਉਹ ਇੱਕ ਲਾਇਆ ਹੁਣ ਸਫਾਈ ਕਰ ਜਾਂਦਾ ਗੱਡੀ ਦੀ ਰਾਤ ਨੂੰ ਘੁੰਮਣ ਦਾ ਵੱਖਰਾ ਹੀ ਮਜ਼ਾ ਆਉਂਦਾ ਯਾਰ ਹੈ ਨਾ ਮੈਂ ਸੌਣ ਲੱਗਾ ਸੀਗਾ ਪਰ ਮੈਂ ਕਿਹਾ ਯਾਰ ਨਹੀਂ ਯਾਰ ਚੱਲਦੇ ਅਜੇ ਰੂਮ 'ਚ ਯਾਰ ਜਾਗਦਾ ਸੀ ਕਹਿੰਦਾ ਮੈਂ ਸੋਣਾ ਵਾ ਤੁਸੀਂ ਜਾਓ ਸਿੱਧੂ ਮੇਰੇ ਸਟਿੱਕਰ ਇਹ ਹੁਣ ਨਾ ਇੱਕ ਚਾਬੀ ਟੈਂਕੀ 'ਤੇ ਲੱਗਣੀ ਆ ਇੱਥੋਂ ਲੋਕ ਖੁੱਲ੍ਹਦਾ ਟੈਂਕੀ 'ਤੇ ਕੀ ਲੱਗਣੀ ਆ ਟੈਂਕੀ ਦਾ ਉਹ ਹੁੰਦਾ ਨਾ ਆਫ ਕੀਤਾ ਹੁੰਦਾ ਟੈਂਕੀ ਅੱਛਾ ਉੱਧਰ ਤੇਲ ਵਾਲਾ ਕਲੱਚ ਆ ਇੱਕ ਲੋ ਫ੍ਰੀ ਆ ਆਹ ਬਗਾਸ ਦੀ ਤਾਰ ਇਹ ਹੁਣ ਪਤਾ ਨਹੀਂ ਇੱਧਰ ਹੋ ਕੇ ਕਰਤਾ ਕਰਤਾ ਇੱਧਰ ਹੀ ਹਾਂ ਇੱਧਰ ਹੀ ਆ ਥੱਲੇ ਨੂੰ ਥੱਲੇ ਨੂੰ ਕਰੋ ਲਾਈਟ ਬੰਦ ਕਰ ਲੋ ਲਾਈਟ ਬੰਦ ਥੋੜਾ ਰੇੜ ਕੇ ਗੇਅਰ ਪਾਇਓ ਬਹਿ ਜਾਓਗੇ ਹਾਂ ਹਾਂ ਚੱਲਾ ਜਾ
ਹੁਣ ਧਿਆਨ ਨਾਲ ਜੇ ਰੁਕਣੀ ਹੈ ਨਾ ਨਹੀਂ ਰੁਕਣਾ ਹੀ ਨਹੀਂ ਗੇਅਰ ਛੋਟਾ ਕਰ ਲਿਓ ਜਿੱਥੇ ਜਾਣਾ ਆਪਾਂ ਉੱਥੇ ਰੁਕਣਾ ਸਾਈਡ ਯਾਦ ਹੁੰਦਾ ਸਾਈਡ ਵੀ ਆਪਾਂ ਯਾਰ ਰਾਤ ਨੂੰ ਨਿਕਲ ਜਾਂਦੇ ਹੁੰਦੇ ਸੀ 3-4 ਵਜੇ ਸਕੂਟੀਆਂ ਚੱਕ ਕੇ ਘੁੰਮਣ ਫਿਰਨ ਵਾਸਤੇ ਗੋਆ ਵੀ ਇਹੀ ਕੰਮ ਸੀ ਵੀ ਰਾਤ ਨੂੰ ਥੋੜ੍ਹੀ ਯਾਰ ਲੋਕ ਘੱਟ ਹੁੰਦੇ ਆ ਘੁੰਮਣ 'ਚ ਮਜ਼ਾ ਆਉਂਦਾ ਮੌਸਮ ਠੰਡਾ ਨਾ ਮੌਸਮ ਵਧੀਆ ਯਾਰ ਠੰਡੀ ਠੰਡੀ ਹਵਾ ਚੱਲ ਰਹੀ ਹੈ ਟੋਪੀ ਉੱਡ ਗਈ ਮੈਂ ਬੰਦ ਨਹੀਂ ਕਰ ਸਕਦਾ ਬਾਈਕ ਮੈਂ ਇੱਧਰੋਂ ਕੱਢਣਾ ਹੀ ਯਾਰ ਠੰਡ ਲੱਗਦੀ ਆ ਰੁਕਣੀ ਕਿਵੇਂ ਰੋਕਣਾ ਤਾਂ ਪੈਣਾ ਹੀ ਆ ਨਹੀਂ ਰੋਕਣਾ ਹੀ ਮੈਂ ਟੋਪੀ ਚੱਕਿਓ ਪਿੱਛੇ ਪਿੱਛੇ ਹੋਰੀ 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 ਆਹ ਦੇਖਿਓ ਹੁਣ ਘੁੰਮਦਾ ਪਹਿਲੇ ਗੇਅਰ ਤੇ ਪਾਓ ਪਹਿਲਾਂ ਨਿਊਟਰਲ ਹੋ ਗਿਆ ਨਾ ਆਹ ਪਹਿਲਾਂ ਟੋਪੀ ਚੱਕਣੀ ਆ ਤੇ ਨਾਲ ਦੀ ਨਾਲ ਬਹਿ ਜਾਣਾ ਕਿਉਂਕਿ ਆਹ ਦੇਖੋ ਬਾਹਰ ਠੀਕ ਆ ਕਲੱਚ ਇਜ਼ ਨੋਟ ਵਰਕਿੰਗ ਇੱਥੇ ਉਤਰਨਾ ਛਾਲ ਮਾਰਨਾ ਉੱਤਰ ਜਾਓ ਜੀ ਇੱਥੇ ਉੱਤਰ ਜਾਓ ਸਭ ਕੁਛ ਮਿਲ ਜੂਗਾ ਚਾਹ ਹੈਗੀ ਪਰੌਂਠਾ ਮੈਗੀ ਐਗ ਮੈਗੀ ਬ੍ਰੈਡ ਓਮਲੇਟ ਸੈਂਡਵਿਚ ਐਗ ਸੈਂਡਵਿਚ ਐਗ ਭੁਰਜੀ ਹਾਫ ਫਰਾਈਡ ਕੀ ਖਾਣਾ ਹੈ ਪਰੌਂਠੇ ਖਾਈਏ ਕਿ ਐਗ ਭੁਰਜੀ ਵਗੈਰਾ ਖਾਈਏ ਇੱਕ ਪਰੌਂਠਾ ਕਰਾ ਲੈਂਦੇ ਇੱਕ ਐਗ ਭੁਰਜੀ ਭਾਅ ਜੀ ਇੱਕ ਪਰੌਂਠਾ ਕਰ ਦਿਓ ਕਿਹੜਾ ਆਲੂ ਵਾਲਾ ਗੋਭੀ ਵਾਲਾ ਆਲੂ ਪਿਆਜ਼ ਰੱਖੋ ਕਰ ਦਿਓ ਜੀ ਨਾਲ ਵੇਖਿਆ ਸਿੱਧੂ ਕੋਈ ਚੱਲ ਰਿਹਾ ਹੈਨਾ ਸੋਹਣੇ ਲੱਗਦੇ ਨਾਲ ਜਾਣਗੇ ਦੋ ਮਾੜਾ ਮੋਟਾ ਕਰਦਾ ਇਹਨਾਂ ਨੇ ਰਾਤ ਦੇ ਟਾਈਮ ਜੋ ਮਿਲ ਜਾਏ ਸਵਾਦ ਹੀ ਲੱਗਦਾ ਭੁੱਖ ਲੱਗੀ ਹੁੰਦੀ ਹੈ ਨਾ ਰਾਤ ਨੂੰ ਖੜਦਾ ਬਾਈ ਮੈਨੂੰ ਲੱਗਦਾ ਹੁਣੇ ਚੱਲੇ ਚਲੋ ਜੀ ਪੈਰ ਲੱਗ ਗਏ ਬ੍ਰੇਕਰ ਹੈਗੀ ਪ੍ਰਧਾਨ ਢਾਬਾ ਬਹੁਤ ਪੁਰਾਣਾ ਯਾਰ ਆਪਾਂ ਪਹਿਲਾਂ ਵੀ ਆਏ ਹੋਏ ਨਾ ਚਾਹ ਪੀਤੀ ਇੱਥੋਂ ਤੇ ਅੱਜ ਆਪਾਂ ਪੀਵਾਂਗੇ ਗੁੜ ਵਾਲੀ ਚਾਹ ਚਾਬੀ ਤੋੜ ਜਾਣੀ ਜੀ ਇਹ ਚਾਬੀ ਗਲਤ ਜੀ ਬਣਵਾਈ ਹੋਈ ਆ ਵੇਖੋ ਨਿਕਲ ਜਾਣੀ ਆ
ਚਾਬੀਆਂ ਤਿੰਨ ਤਿੰਨ ਚਾਬੀਆਂ ਰੱਖੀਆਂ ਯਾਰ ਪਰ ਇੱਥੇ ਮਜ਼ਾ ਆਇਆ ਜੀ ਹੈਨਾ ਅੱਛੇ ਗਏ ਨੇ ਮੈਂ ਕਿੱਥੇ ਮਰਜ਼ੀ ਬੈਠੋ ਆ ਜਾਓ ਜੀ ਆ ਗਈ ਹੈ ਜੀ ਆਪਣੀ ਚਾਹ ਗੁੜ ਵਾਲੀ ਨਾਲ ਖਾਵਾਂਗੇ ਮੱਠੀ ਬੰਬੇ ਇੱਦਾਂ ਦੀ ਮਿਰਚਾਂ ਹੁੰਦੀਆਂ ਸੀ ਨਾ ਬੜਾ ਪਾਉਣਾ ਨਾ ਚਾਹ ਨਾ ਮਿਰਚ ਖਾ ਕੇ ਦੇਖੋ ਆਦੇ ਖਾ ਲੂੰਗਾ ਹਾਂ ਪਰ ਮਿਰਚ ਗੋੜੀ ਹੈ ਜ਼ਿਆਦਾ ਹੈਨਾ ਨਹੀਂ ਉਹ ਤਾਂ ਗੋੜੀਆਂ ਨਹੀਂ ਹੁੰਦੀਆਂ ਸੀ ਅਤੇ ਕਿੰਨੀ ਕਿੰਨੀ ਦੇਰ ਦੇ ਹੋ ਉੱਥੇ ਬੰਬੇ ਕਿੰਨੇ ਸਾਲ 10 ਸਾਲ ਨਹੀਂ ਨਹੀਂ 4 ਸਾਲ ਪਰ ਆਉਂਦਾ ਜਾਂਦਾ ਰਿਹਾ ਪਰ ਰਿਹਾ ਕਾਫੀ ਅਸੀਂ ਤਾਂ 7 ਦਿਨ ਲਈ ਗਏ ਸੀ ਹੁਣ ਵੀ ਚਾਹ ਫੀਚਰ ਆ ਵੇਖੋ ਸਾਹਮਣੇ ਖੜੇ ਸਬਸਕ੍ਰਾਈਬਰ ਜਿਹੜੇ ਹੁਣੇ ਮਿਲ ਕੇ ਹਟੇ ਨੇ ਉਹਨੇ ਕਹਿਣਾ ਵੀਰ ਰਾਮ ਗੜੀਆ ਧੱਕਾ ਧੱਕਾ ਸਟਾਰਟ ਬਾਈਕ ਬਿਨਾਂ ਕਲੱਚ ਵਾਲੇ ਬੁਲਟ 'ਤੇ ਜਾ ਕੇ ਪਰੌਂਠੇ ਅਤੇ ਚਾਹ ਪੀ ਆਏ ਹਾਂ ਅਤੇ ਨਜ਼ਾਰਾ ਆ ਗਿਆ ਹੈ ਨਾ ਚਲੋ ਜੇ ਮਜ਼ਾ ਆਇਆ ਯਾਰ ਅਤੇ ਇਸ ਨਾਲ ਆਪਾਂ ਅੱਜ ਦਾ ਵਲੋਗ ਇੱਥੇ ਐਂਡ ਕਰਦੇ ਹੋਪ ਕਰਦੇ ਤੁਹਾਨੂੰ ਵਧੀਆ ਲੱਗੋ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਿਓ ਅਤੇ ਮਿਲਦੇ ਤੁਹਾਨੂੰ ਅਗਲੇ ਲੋਕ ਟਿਲ ਦੈਨ ਬਾਏ ਟੇਕ ਕੇਅਰ ਰੱਬ ਰੱਖਣਾ।